ਅਕਾਲੀ ਦਲ ਦੇ ਜੀਤ ਮੋਹਿੰਦਰ ਸਿੰਘ ਸਿੱਧੂ ਨੂੰ 71747 ਵੋਟਾਂ ਪਈਆਂ ਨੇ ਕਾਂਗਰਸ ਦੇ ਹਰਮੰਦਰ ਜੱਸੀ ਨੂੰ 25015 ਤੇ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੂੰ 13899 ਆਜ਼ਾਦ ਉਮੀਦਵਾਰ ਬਲਕਾਰ ਸਿੱਧੂ ਨੂੰ 6305 ਵੋਟਾਂ ਮਿਲੀਆਂ ਨੇ ਤਲਵੰਡੀ ਸਾਬੋਤ ਜਿੱਤ ਹਾਸਲ ਕਰਨ ਵਾਲੇ ਜੀਤ ਮੋਹਿੰਦਰ ਸਿੰਘ ਸਿੱਧੂ ਦੇ ਨਾਲ ਖਾਸ ਗੱਲਬਾਤ ਕੀਤੀ ਏਬੀਬੀ ਸਾਝਾ ਪੱਤਰਕਾਰ ਯਾਦਵੰਦਰ ਸਿੰਘ ਨੇ ਡਿਵੈਲਪਮੈਂਟ ਵਿਸ਼ਵਾਸ ਇੰਟੀਗ੍ਰਿਟੀ ਹੋਨੇਸਟੀ ਦਿਲਚਸਪੀ ਕੰਮ ਕਰਾਉਣ ਦੀ ਕੰਮ ਕਰਨ ਦੀ ਤੇ ਪਿਛਲੇ 20 ਸਾਲਾਂ ਤੋਂ ਇਸ ਹਲਕੇ ਦੇ ਨਾਲ ਇੱਕ ਪਰਿਵਾਰਕ ਤੌਰ ਤੇ ਜੋ ਰਿਸ਼ਤਾ ਬਣਾਇਆ ਹੈ ਨਾਲ ਹੀ ਸਰ ਪ੍ਰਕਾਸ਼ ਸਿੰਘ ਜੀ ਬਾਦਲ ਸਾ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦਾ ਜੋ ਮੇਰੇ ਤੇ ਅਸ਼ੀਰਵਾਦ ਰਿਹਾ ਜਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਹੈ ਜਿਸ ਤਰੀਕੇ ਨਾਲ ਪਿਛਲੇ 4-5 ਮਹੀਨੇ ਅਸੀਂ ਇੱਥੇ ਸਮੁੱਚੇ ਹਲਕੇ ਵਿੱਚ ਡਵੈਲਪਮੈਂਟ ਦਾ ਪੈਸਾ ਭੇਜਿਆ ਕੰਮ ਕਰਵਾਇਆ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਵੀ ਆਉਣ ਵਾਲੇ ਸਾਡੇ ਦਿਨ ਨੇ ਜਿਹੜੇ ਉਹ ਵਧੀਆ ਹੋਣਗੇ ਨਾਲੇ ਇਹ ਸਰਕਾਰ ਜੋ ਸੋਚ ਰਹੀ ਹੈ ਆਮ ਲੋਕਾਂ ਵਾਸਤੇ ਉਹਨੂੰ ਜਿਤ ਮੇਂਦਰ ਸਿੰਘ ਪੂਰਾ ਕਰੇਗਾ ਪਰ ਕਾਂਗਰਸ ਤੇ ਆਪ ਕਹਿੰਦੀ ਹੈ ਕਿ ਬੂਥ ਕੈਪਚਰਿੰਗ ਤੇ ਗੁੰਡਾਗਰਦੀ ਦੇ ਨਾਲੇ ਜਿੱਤ ਹੋਈ ਹੈ ਮੈਂ ਇਹ ਕਹਿ ਸਕਦਾ ਕਿ ਤੁਸੀਂ ਸਾਰੇ মিডিਆ ਵਾਲੇ ਪਿਛਲੇ 20 25 ਦਿਨ ਇੱਥੇ ਰਹੇ ਹੋ ਇੱਕ ਸਿੰਗਲ ਕੰਪਲੇਂਟ ਬਾਈ ਕਾਂਗਰਸ ਆਮ ਆਦਮੀ ਇੰਡੀਪੈਂਡੈਂਟ ਕੋਈ ਆਈ ਹੈ ਤਾਂ ਮੈਨੂੰ ਦੱਸੋ ਪੀਸਫੁੱਲ ਫੇਅਰ ਐਂਡ ਇਸ ਤੋਂ ਅੱਛਾ ਮਾਹੌਲ ਦੇ ਵਿੱਚ ਇਲੈਕਸ਼ਨ ਬਾਈ ਇਲੈਕਸ਼ਨ ਅਜੇ ਤੱਕ ਪੰਜਾਬ 'ਚ ਨਹੀਂ ਹੋਇਆ ਰਾਦਰ ਜੋ ਰਾਮਾ ਮੰਡੀ 'ਚ ਉਸ ਦਿਨ ਹੋਇਆ VOTING ਵਾਲੇ ਦਿਨ ਉਹਦੀ ਜ਼ਿੰਮੇਵਾਰ ਵੀ ਕਾਂਗਰਸ ਪਾਰਟੀ ਦੇ ਉਹਦਾ ਉਮੀਦਵਾਰ ਸੀ ਅਸੀਂ ਕਿਸੇ ਵੀ ਬੂਥ ਤੇ ਕਿਸੇ ਵੀ ਪਿੰਡ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੋਈ ਜਿਹਦੇ ਨਾਲ ਅਲੀਗੇਸ਼ਨ ਲਾਉਣ ਨੂੰ ਤਾਂ ਜੋ ਮਰਜੀ ਹਾਰਨ ਤੋਂ ਬਾਅਦ ਲਾ ਦਿਓ ਬਟ ਆਈ ਫੀਲ ਹਾਰਨ ਚ ਵੀ ਗ੍ਰੇਸ ਰੱਖਣੀ ਚਾਹੀਦੀ ਹੈ ਲੋਕਾਂ ਨੇ ਫਤਵਾ ਦਿੱਤਾ ਹੈ ਲੋਕਾਂ ਨੇ ਫੈਸਲਾ ਕੀਤਾ ਕਿ ਸ਼੍ਰੋਮਣਿਕਾਲੀ ਦਲ ਸ਼੍ਰੋਮਣਿਕਾਲੀ ਦਲ ਤੋਂ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ 47000 ਵੋਟਾਂ ਤੋਂ ਇੱਥੇ ਜਿਤਾਇਆ ਡੇਰਾ ਇੱਥੇ ਵੱਡਾ ਫੈਕਟਰ ਆਗਾ ਡੇਰਾ ਸੱਚਾ ਸੌਦਾ ਡੇਰਾ ਸੱਚਾ ਸੋਦਾ ਦੇ ਉਹ ਰਿਸ਼ਤੇਦਾਰ ਸੀ ਲੋਕ ਕਹਿੰਦੇ ਨੇ ਡੇਰਾ ਸੱਚਾ ਸੋਦਾ ਨੇ ਵੋਟਾਂ ਤੁਹਾਨੂੰ ਪਾਤੀਆਂ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਕੁਝ ਵੀ ਕਿਉਂਕਿ ਸਾਰੇ ਹੀ ਡੇਰੇ ਸਾਰੇ ਹੀ ਜਿੰਨੇ ਵੀ ਰਿਲੀਜੀਅਸ ਜਾਂ ਸੋਸ਼ਲ ਡੇਰੇ ਨੇ ਜਾਂ ਸੈਕਟ ਨੇ ਉਹਨਾਂ ਦੀ ਅਸੀਂ ਰਿਸਪੈਕਟ ਕਰਦੇ ਆ ਸੋ ਮੈਂ ਸੋਚਦਾ ਕਿ ਜ਼ਮੀਰ ਨਾਲ ਲੋਕਾਂ ਨੇ ਵੋਟ ਪਾਈ ਹੈ ਜੀਤ ਮਹਿੰਦਰ ਸਿੱਧੂ ਜਿਨ੍ਹਾਂ ਦਾ ਕਹਿਣਾ ਕਿ ਵਿਕਾਸ ਦੇ ਨਾਂ ਤੇ ਉਹਨਾਂ ਨੇ ਚੋਣ ਜਿੱਤੀ ਆ ਜੋ ਮੁੱਦੇ ਆ ਦੇ ਬਾਰੇ ਅਲੀਗੇਸ਼ਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲਗਾਏ ਨੇ ਜਿਨ੍ਹਾਂ ਚ ਉਹਨਾਂ ਨੇ ਕਿਹਾ ਕਿ ਬੂਥ ਕੈਪਚਰਿੰਗ ਹੋਇਆ ਹੈ ਜਾਂ ਕੁਝ ਨਹੀਂ ਹੋਇਆ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਮੈਚ ਫਿਕਸ ਨਹੀਂ ਸੀ ਯਾਦਵਿੰਦਰ ਸਿੰਘ এবੀਪੀ ਸੰਝਾ ਤਲਵੰਡੀ ਸਾਹਬੋ